بسم اللہ الرحمن الرحیم السلام علیکم کی حال ہے دوستو میں ਤੁਹਾਡਾ ਵੀਰ ਰਾਣਾ ਖਾਲਦ مقبولی میری اس ویڈیو ਦੇ ਨਾਲ ਜੁڑے ਸਾਰੇ ਕਿਸਾਨ ਵੀਰਾਂ ਨੂੰ ਆਪਣਾ ਕਿਸਾਨ یوٹیوب چینل ਵੱਲੋਂ ਮੈਂ ਖੁਸ਼ ਆਮਦੀਦ ਕਹਿੰਦਾ ਤੇ ਅੱਜ ਦੀ ਇਸ ویڈیو ਦੇ ਵਿੱਚ ਅਸੀਂ ਗੱਲ ਕਰਾਂਗੇ ਕਰੇਲੇ ਦੀ ਗਾਡੀ ਬਾਰੇ ਇੱਕ ਤਾਂ ਗਾਡੀ ਸਰਦੀਆਂ ਦੇ ਵਿੱਚ ਜਦੋਂ ਅਸੀਂ ਸ਼ਿਮਲਾ ਮਿਰਚ ਦੇ ਨਾਲ ਵੀ ਲਾ ਦਿੰਦੇ ਆ ਫਿਰ ਉਸ ਤੋਂ ਬਾਅਦ ਅਸੀਂ ਫਰਵਰੀ ਚ ਵੀ ਕਰੇਲਾ ਜਿਹੜਾ ਆ ਉਹ ਗੱਟਦੇ ਆ ਲੇਕਿਨ ਜਿਹੜੇ ਕਰੇਲੇ ਦੀ ਅੱਜ ਅਸੀਂ ਗੱਲ ਕਰਾਂਗੇ ਇਹ ਹੈਗਾ ਅਗਸਤ ਵਾਲਾ ਕਰੇਲਾ ਇਹਦੇ ਉੱਤੇ ਪਹਿਲਾਂ ਵੀ ਮੈਂ ਇੱਕ تفصیلی ویڈیو ਬਣਾਈ ਹੋਈ ਆ ਇਹਦੇ ਖਰਚੇ ਦੇ ਬਾਰੇ ਵਿੱਚ ਬਣਾਈ ਹੋਈ ਆ ਲੇਕਿਨ ਅੱਜ ਅਸੀਂ ਪੁੱਛੇ ਤੇ ਖਰਚੇ ਤੇ ਵੀ ਗੱਲ ਕਰਾਂਗੇ ਤੇ ਕੁਝ ਜਿਹੜਾ ਅੱਜ ਕੱਲ ਇਹਦੇ ਉੱਤੇ ਆ ਬਿਮਾਰੀਆਂ ਦਾ ਹਮਲਾ ਮੌਸਮ ਦੀ وجہ ਨਾਲ ਹੋ ਲਾ ਲੋ ਜਾਂ ਜਿਵੇਂ ਵੀ ਲਾ ਲੋ ਇਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਕੋਈ ਵੀ ਫਸਲ ਆ ਨਾ ਜਿਹੜੀ ਉਹ ਦੀ ਕਾਮਯਾਬ ਜਿੱਦਾਂ ਤੁਸੀਂ ਉਹ ਗੱਲ ਸੁਣਦੇ ਆ ਆਪਾਂ ਅਕਸਰ ਸੁਣੀ ਹੋਈ ਆਪਣੀ ਇਹ ਗੱਲ ਆ ਵਿਹਾਰ ਮਰਦ ਦੀ ਕਾਮਯਾਬੀ ਦੇ ਪਿੱਛੇ ਨਾ ਇੱਕ ਔਰਤ ਦਾ ਹੱਥ ਹੁੰਦਾ ਇਹ ਗਲਤ ਹੈਗੀ ਆ ਸ਼ੁਗਲ ਦੀ ਲੇਕਿਨ ਕਿਸੇ ਵੀ ਫਸਲ ਦੀ ਕਾਮਯਾਬੀ ਦੇ ਵਿੱਚ ਨਾ ਤਿੰਨ ਚਾਰ ਚੀਜ਼ਾਂ ਦਾ ਅਮਲ ਜ਼ਰੂਰ ਬਹੁਤ ਜ਼ਿਆਦਾ ਹੁੰਦਾ ਸਭ ਤੋਂ ਪਹਿਲਾਂ ਕਿਸਾਨ ਵੀਰ ਉਹ ਬੀਜ ਹੁੰਦਾ ਫਿਰ ਖਾਦ ਪਾਣੀ ਸਪਰੇ ਇਹ ਸਾਰੀ ਚੀਜ਼ਾਂ ਰਲ ਕੇ ਹੀ ਨਾ ਕਿਸੇ ਵੀ ਫਸਲ ਨੂੰ ਕਾਮਯਾਬ ਕਰਦੀਆਂ ਤੇ ਅਸੀਂ ਜਿਹੜਾ ਹਾਂ ਤੇ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਅਮਲ ਆ ਨਾ ਕਿਸੇ ਵੀ ਫਸਲ ਦੀ ਕਾਮਯਾਬੀ ਦੇ ਵਿੱਚ ਤੇ ਮੇਰੇ ਸਮਝਣ ਦੇ ਉਹਦੇ ਹਿਸਾਬ ਨਾਲ ਨਾ ਜੀ ਉਹ ਮੌਸਮ ਦਾ ਬੜਾ ਅਮਲ ਦਾ ਗਲਤ ਵੀ ਜਿੱਦਾਂ ਹੁਣ ਤੁਸੀਂ ਸੁਣਦੇ ਆ ਪਿੱਛੇ ਜੀ ਆ ਮੂੰਜੀ ਵਾਲਾ ਪਿਛਲੀ ਜਿਹੜੀ ਸਬਜ਼ੀਆਂ ਕੱਦੂ ਆਪਣਾ ਬੈਂਗਣ ਵਗੈਰਾ ਇਹਨਾਂ ਸਾਰੀਆਂ ਨੂੰ ਮੌਸਮ ਨੇ ਬਹੁਤ ਜ਼ਿਆਦਾ ਮਤਾਸਰ ਕੀਤਾ ਇਹਨਾਂ ਦੀ ਫਰੂਟਿੰਗ ਨਹੀਂ ਹੋਈ ਤੇ ਆ ਮੂੰਜੀ ਵਾਲੇ ਕਿਸਾਨ ਵੀਰ ਤੁਹਾਨੂੰ ਪਤਾ ਹੀ ਆ ਕਿ ਬੜੇ ਪਰੇਸ਼ਾਨ ਕਿ ਦਾਣਾ ਹੀ ਨਹੀਂ ਪਿਆ ਇਦਾਂ ਹੀ ਹੁਣ ਕੀ ਹੋਇਆ ਜਿਹੜਾ ਅਸੀਂ ਕਰੇਲਾ ਅਗਸਤ ਦੇ ਵਿੱਚ ਲਾਂਦੇ ਆ ਨਾ ਇਹਦੇ ਵਿੱਚ ਵੀ ਲਾਣ ਲੱਗਿਆ ਸੀ ਕੀ ਕਰਦੇ ਆ ਅਸੀਂ ਮੌਸਮ ਨੂੰ ਨਾ ਮੱਦੇ ਨਜ਼ਰ ਕੋਈ ਨਹੀਂ ਰੱਖਦੇ ਲਾ ਪੈਸੇ ਲਾਣਾ ਹਰ ਕੋਈ ਜਾਣਦਾ ਖਰਚਾ ਹਰ ਕੋਈ ਕਰ ਲੈਂਦਾ ਜਿਹੜਾ ਵੀ ਗੱਡੂਗਾ ਨਾ ਖਰਚਾ ਕਰਨ ਜਾਣਦਾ ਉਹਨੂੰ ਬੜਾ ਪਤਾ ਹੁੰਦਾ ਵੀ ਇਹਦੇ ਉੱਤੇ 4-5 ਲੱਖ ਰੁਪਈਆ ਇੱਕ ਕਿੱਲੇ ਦੇ ਉੱਤੇ ਖਰਚਾ ਆਂਦਾ ਉਹਨੂੰ ਇਹ ਪਹਿਲੇ ਤੋਂ ਪਤਾ ਹੁੰਦਾ ਆ ਬਾਸ ਆ ਤੁਸੀਂ ਇਹ ਦੇਖ ਲਓ ਵੀ ਹੁਣ 1.5-2 ਲੱਖ ਰੁਪਈਏ ਦਾ ਇੱਕ ਕਿੱਲੇ ਦੇ ਉੱਤੇ ਬਾਸ ਲੱਗਦਾ ਬੀਜ ਜਿਹੜਾ 60-70 ਹਜ਼ਾਰ ਰੁਪਈਏ ਦਾ ਬੀਜ ਆ ਫਿਰ ਖਾ ਦਾ ਦੇਖੋ ਇਹ ਖਰਚਾ ਆ ਡੋਰੀ ਆ ਆ ਆਪਣਾ ਆ ਜਾਲ ਆ ਆ ਜਿਹੜੀ ਆ ਡੋਰੀ ਇਹ ਵਾਲੀ ਇਹ ਡੋਰੀ ਆ ਇਹ ਗੱਲ ਕਰਨ ਦਾ ਮਕਸਦ ਇਹ ਆ ਕਿ ਖਰਚਾ ਤਾਂ ਹਰ ਕੋਈ ਕਰ ਲੈਂਦਾ ਪਰ ਜਿਹੜਾ ਨਾ ਇਹਦੀ ਬਿਮਾਰੀਆਂ ਨੂੰ ਸਮਝਣਾ ਇਹਦੇ ਬਾਰੇ ਵਿੱਚ ਮੁਕੰਮਲ ਜਿਹੜੀ ਆ ਉਹ ਕਿਸੇ ਨੇ ਨਹੀਂ ਬਸ ਦੇਖਿਆ ਕਿ ਉਹ ਫਲਾਣੇ ਬੰਦੇ ਨੇ ਕਿਰੇਲਾ ਲਾਇਆ ਸੀ ਤੇ ਉਹ ਉਹ ਲਾਤਾ ਤੇ ਕਈ ਕਾਰੀਗਰ ਵੀ ਮਾਰ ਖਾ ਜਾਂਦੇ ਆ ਜਿਹੜੇ ਪਿਛਲੇ ਸਾਲ ਲਾਇਆ ਜਿਨ੍ਹਾਂ ਨੇ 4 4 5 5 ਸਾਲਾਂ ਤੋਂ ਲਾ ਰਹੇ ਆ ਲੇਕਿਨ ਫਿਰ ਵੀ ਅਕਲ ਗੋਤਾ ਖਾ ਜਾਂਦੀ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਮੌਸਮ ਦੀ ਗੱਲ ਹੋ ਰਹੀ ਸੀ ਨਾ ਜਿੱਦਾਂ ਕਿ ਮੌਸਮ ਨੂੰ ਬੜਾ ਦੇਖਣਾ ਚਾਹੀਦਾ ਇਸ ਵਾਰੀ ਮੌਸਮ ਜਿਹੜਾ ਨਾ ਕੋਈ ਬੜਾ ਹੀ ਅਜੀਬੋ ਗਰੀਬ ਰਿਹਾ ਸਾਰੀ ਫਸਲਾਂ ਵਾਸਤੇ ਤੇ ਪਹਿਲੇ ਵੀ ਮੈਂ ਤਾਂ ਇਹੀ ਗੱਲ ਕਰਦਾ ਸੀ ਪਹਿਲੇ ਵੀ ਵੀ ਜਿਨੇ ਕਰੇਲਾ ਲਾਣਾ ਨਾ ਉਹ 10 ਅਗਸਤ ਤੋਂ ਬਾਅਦ ਇਹਦੀ ਗਾਡੀ ਕਰੋ 10 ਅਗਸਤ ਤੋਂ ਪਹਿਲਾਂ ਸਫੇਦ ਮੱਖੀ ਕਿਸੇ ਟਾਈਮ ਵੀ ਹਮਲਾ ਕਰ ਸਕਦੀ ਆ ਤੇ ਜੇ ਸਫੇਦ ਮੱਖੀ ਵੀਰ ਜੀ ਹਮਲਾ ਕਰ ਦੋਵੇ ਨਾ ਤੇ ਕਰੇਲਾ ਜਿਹੜਾ ਹੈ ਨਾ ਉਹਨੂੰ ਬਿਲਕੁਲ ਹੀ ਇਹ 5-4 ਦਿਨਾਂ ਚ ਹੀ ਖਤਮ ਕਰਕੇ ਰੱਖ ਦਿੰਦੀ ਐ। ਇਸ ਵਾਰੀ ਵੀ ਕਿਸਾਨ ਦੋਸਤ ਵੀਰਾਂ ਨੂੰ ਮੈਂ ਕਈ ਜਗ੍ਹਾ ਦੋ-ਚਾਰ ਵੀਰਾਂ ਦਾ ਕਰੇਲਾ ਜਾ ਕੇ ਦੇਖਿਆਗਾ ਕਿ ਉਹ ਇਹੀ ਹੋਇਆ ਕਿ ਜਿਹਨਾਂ ਨੇ ਤਾਂ ਲਾਇਆ ਨਾ 1 ਇਕ ਅਗਸਤ ਯਾਨੀ ਕਿ ਅਗਸਤ ਦੇ ਵੇਲੇ ਸ਼ੁਰੂ ਚ ਹੀ ਲਾਤਾ ਨਾ ਉਹਨਾਂ ਦੇ ਕਰੇਲੇ ਦੇ ਉੱਤੇ ਬੜਾ ਹਮਲਾ ਹੋਇਆ ਸਫੇਦ ਮੱਖੀ ਦਾ ਔਰ ਬਹੁਤ ਸਾਰੇ ਜਿਹੜੇ ਬੂਟੇ ਹਨ ਉਹ ਖਰਾਬ ਹੋ ਗਏ। ਲੇਕਿਨ ਜਿਹੜੇ ਕਿਸਾਨ ਵੀਰਾਂ ਨੇ ਕਰੇਲਾ ਲਾਇਆ ਨਾ 10 ਅਗਸਤ ਤੋਂ ਬਾਅਦ ਉਹਨਾਂ ਦਾ ਕਰੇਲਾ ਅੱਜ ਵੀ ਠੀਕ ਖੜਾ ਤੇ ਬਾਰ ਹਾਲ ਅੱਲਾ ਤਾਲਾ ਜੋ ਕਰਦਾ ਬਿਹਤਰ ਕਰਦਾ ਆ ਬਾਰਿਸ਼ ਹੋਈ ਆ ਜਿਹਦੀ ਵਜ੍ਹਾ ਨਾਲ ਸਫੇਦ ਮੱਖੀ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਮੇਰੇ ਸਾਹਬ ਦੇ ਵਿੱਚ ਨਾ ਕੰਟਰੋਲ ਹੋ ਗਈ ਆ ਤੇ ਮੈਂ ਤੁਹਾਨੂੰ ਆ ਬੂਟੇ ਦਿਖਾਨਾ ਕਈ ਜਿਹੜੇ ਆ ਇਹ ਐ ਦੇਖ ਰਹੇ ਤੁਸੀਂ ਹੁਣ ਇਹਦੇ ਉੱਤੇ ਇਹ ਸਫੇਦ ਮੱਖੀ ਦਾ ਇਹਦੇ ਤੇ ਹਮਲਾ ਕਰਕੇ ਉਹਨੇ ਦੀਆਂ ਕੋਲੀਆਂ ਜੀ ਜਦੋਂ ਸਫੇਦ ਮੱਖੀ ਕਿਸਾਨ ਵੀਰੋਂ ਹਮਲਾ ਕਰਦੀ ਆ ਨਾ ਕਿਸੇ ਵੀ ਫਸਲ ਦੇ ਉੱਤੇ ਉਹ ਦਾ ਉਹਦਾ ਰਸ ਚੂਸ ਲੈਂਦੀ ਆ ਤੇ ਫਿਰ ਉਸ ਤੋਂ ਬਾਅਦ ਉਹ ਵਾਇਰਸ ਦੀ ਸਾਈਕਲ ਇਖਤਿਆਰ ਕਰ ਦਿੰਦਾ ਤੇ ਅਸੀਂ ਕਹਿੰਨੇ ਆ ਵੀ ਇਹਨੂੰ ਵਾਇਰਸ ਦੀ ਬਿਮਾਰੀ ਹੋ ਗਈ ਅਸੀਂ ਫਿਰ ਉਹਨੂੰ ਆ ਫੰਜੀ ਸਾਈਡ ਤੇ ਅੱਧਰ ਉੱਧਰ ਮਹਿੰਗੀਆਂ ਸਪਰੇਆਂ ਕਰਦੇ ਆ ਬਹੁਤ ਕੁਝ ਉਹਦੇ ਨਾਲ ਯਤਨ ਕਰਦੇ ਆ ਪਰ ਉਹ ਠੀਕ ਨਹੀਂ ਹੁੰਦੀ ਅਸਲ ਦੇ ਵਿੱਚ ਉਹ ਸਫੇਦ ਮੱਖੀ ਜਾਂ ਰਸ ਚੂਸਣ ਵਾਲਾ ਜਿਹੜਾ ਵੀ ਕੀੜਾ ਨਾ ਉਹਦੀ ਵਜ੍ਹਾ ਨਾਲ ਉਹ ਬਿਮਾਰੀ ਆਈ ਹੋਈ ਹੁੰਦੀ ਹੈ ਬਿਮਾਰੀ ਦਾ ਇਲਾਜ ਕਰਨਾ ਚਾਹੀਦਾ ਉਸ ਤੋਂ ਬਾਅਦ ਵਾਇਰਸ ਦਾ ਇੱਕ ਵਬਾਦ ਆ ਨਾਮ ਠੀਕ ਹੈ ਜੀ ਉਸ ਫਿਰ ਗੱਲ ਹੈ ਫਿਰ ਹੁਣ ਬਾਰਿਸ਼ ਆਈ ਹੈ ਖੈਰ ਹੁਣ ਇਹ ਬਹੁਤ ਸਾਰੇ ਜਿਹੜੇ ਆ ਇਹ ਦੇਖੋ ਤੁਸੀਂ ਇਹ ਬਿਲਕੁਲ ਜਿਹੜਾ ਇਹ ਬੇਲ ਕੋਲਕਰੇਲਾ ਜਿਹੜਾ ਇਹ ਠੀਕ ਖੜਾ ਅੱਛਾ ਹੁਣੇ ਬਿਮਾਰੀ ਆ ਗਈ ਇਹਦਾ ਹੱਲ ਕੀ ਹੈ ਇੱਕ ਤਾਂ ਕਿਸਾਨ ਵੀਰੋ ਇਹ ਬਾਰਿਸ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਦੋ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਬਾਰਿਸ਼ ਤੋਂ ਫੌਰਨ ਬਾਅਦ ਇਹ ਜਿਹੜੀ ਇਹ ਦੇਲ ਵਾਲੀ ਕੋਈ ਵੀ ਵਾਈ ਹੈ ਨਾ ਕਿਸਾਨ ਵੀਰੋ ਇਹ ਜਿਸ ਟਾਈਮ ਬਾਰਿਸ਼ ਹੁੰਦੀ ਹੈ ਨਾ ਇਹ ਇੰਜ ਜਿਵੇਂ ਨਾ ਇਹ ਰੁੱਠ ਜਾਂਦੀ ਹੈ ਬਾਰਿਸ਼ ਤੋਂ ਬਾਅਦ ਜਦੋਂ ਬਾਰਿਸ਼ ਹੋਏਗੀ ਉਸ ਦਿਨ ਤੈਨੂੰ ਲੱਗੇਗਾ ਕਿ ਖਿਲੀ ਖੜੀ ਆ ਲੇਕਿਨ ਅਗਰ ਤੁਸੀਂ ਦੂਸਰੇ ਜਾਂ ਤੀਸਰੇ ਦਿਨ ਵੇਲ ਵਾਲੀ ਵਾਹੀ ਦੇ ਵਿੱਚ ਆ ਕੇ ਦੇਖੋਗੇ ਨਾ ਉਹਨੂੰ ਫੰਗੀਸਾਈਡ ਬਿਮਾਰੀ ਦਾ ਅਟੈਕ ਹੋ ਜਾਂਦਾ ਇਸ ਵਾਸਤੇ ਸਭ ਤੋਂ ਪਹਿਲੇ ਇਹ ਬਾਰਿਸ਼ ਜਿਹੜੀ ਆ ਨਾ ਇਹ ਪੈ ਕੇ ਹਟਦੀ ਹੈ ਇੱਕ ਦੋ ਦਿਨ ਦਾ ਸਪੈਲ ਕਹ ਰਹੇ ਆ ਕਿ ਕੱਲ ਦੇ 31 ਤਰੀਕੇ ਕਰੇਗੀ ਉਸ ਤੋਂ ਬਾਅਦ ਜਿਹੜਾ ਆ ਇਹ ਇਨਸ਼ਾਅੱਲਾ ਠੀਕ ਹੋ ਜਾਏਗਾ ਮਾਮਲਾ ਤੇ ਇਹਨੂੰ ਫੰਗੀਸਾਈਡ ਸਪਰੇਅ ਜ਼ਰੂਰ ਕਰਨੀ ਠੀਕ ਹੈ ਜੀ ਦੂਸਰਾ ਇੱਕ ਗੱਲ ਜ਼ਿਹਨ ਦੇ ਵਿੱਚ ਬਿਠਾ ਲਓ ਜਿਹੜੀ ਖਰਚੇ ਵਾਲੀ ਐਨੇ ਖਰਚੇ ਵਾਲੀ ਬਾਈ ਹੈ ਨਾ ਇਹ ਜਿਹਦੇ ਵਿੱਚ ਅਕਰੇਲਾ ਹੋ ਗਿਆ ਜਾਂ ਖੀਰਾ ਹੋ ਗਿਆ ਜਿਨ੍ਹਾਂ ਦੇ ਉੱਤੇ ਲੱਖਾਂ ਰੁਪਈਆ ਖਰਚਾ ਆਂਦਾ ਕਿਸਾਨਾਂ ਦਾ ਉਹਦੇ ਵਿੱਚ ਯਾਰ ਜਿਹੜੀ ਐ ਨਾ ਜੜੀ ਜਿਹੜੀ ਸਪਰੇਆ ਨਾ ਸਪਰੇ ਦੇ ਮਾਮਲੇ 'ਚ ਕੰਪਰੋਮਾਈਜ਼ ਨਾ ਕਰਿਆ ਕਰੋ ਸਪਰੇ ਅੱਛੀ ਕੰਪਨੀ ਦੀ ਲੈ ਕੇ ਇਸਤੇਮਾਲ ਕਰਿਆ ਕਰੋ ਸਫੇਦ ਮੱਖੀ ਵਾਸਤੇ ਮੈਂ ਦੇਖਿਆ ਕਿ ਕਿਸਾਨ ਵੀਰ ਜਿਹੜੀ ਆ ਅ ਅ ਸਿੱਟਾ ਮੈਪਡ ਵਗੈਰਾ ਇਹ ਜੀ ਸਪਰੇਆ ਇਹ ਕਰਦੇ ਆਗੇ ਆ ਯਕੀਨ ਕਰੋ ਵੀ ਇਹ ਉਹ ਹੁਣ ਉਹ ਸਪਰੇ ਆ ਜਿਹੜੀਆਂ ਇਸ ਮੱਖੀ ਦੇ ਉੱਤੇ ਅਸਰ ਹੀ ਕੋਈ ਨਹੀਂ ਕਰਦੀਆਂ ਇਹ ਇਹਨਾਂ ਦੀ ਆਦੀ ਹੋ ਚੁੱਕੀ ਆ ਇਸ ਵਾਸਤੇ ਮਤੋਈ ਆ ਨਾ ਜਿਹੜੀ ਜਾਫਰ ਬ੍ਰਦਰ ਦੀ ਉਹ ਬੜੀ ਜ਼ਬਰਦਸਤ ਆ ਉਹ ਲਾ ਲਾਇਆ ਠੀਕ ਆ ਇਹ ਇਹ ਸਪਰੇਆ ਕਰੋ ਅੱਛੀ ਸਪਰੇ ਕਰਿਆ ਕਰੋ ਪੈਸੇ ਤਾਂ ਖਰਚਾ ਜ਼ਰੂਰ ਹੁੰਦਾ ਲੇਕਿਨ ਫਸਲ ਬਚ ਜਾਂਦੀ ਆ ਦੇਖੋ ਇਹ ਵਾਈ ਆ ਨਾ ਜਿਹੜੀ ਇਹ ਥੋੜੇ ਦਿਨਾਂ ਦੀ ਵਾਈ ਆ ਇਹ 47 ਤੋਂ 50 ਦਿਨਾਂ ਦੇ ਵਿੱਚ ਨਾ ਜੀ ਕਰੇਲਾ ਜਿਹੜਾ ਇਹ ਪ੍ਰੋਡਕਸ਼ਨ ਦੇਣਾ ਸ਼ੁਰੂ ਕਰ ਦਿੰਦਾ ਤੇ 45 ਤੋਂ 50 ਦਿਨ ਦੇ ਅੰਦਰ ਅਗਰ ਅਸੀਂ ਸਾਨੂੰ ਦੂਸਰੇ ਚੌਥੇ ਦਿਨ ਸਪਰੇਅ ਇਹਦੇ ਉੱਤੇ ਕਰਨੀ ਪਵੇ ਨਾ ਜੀ ਥੋੜੀ ਥੋੜੀ ਵੀ ਤੇ ਫਿਰ ਵੀ ਇਹ 45 50 ਦਿਨਾਂ 'ਚ ਮੇਰੇ ਨਹੀਂ ਖਿਆਲ ਦੇ ਵਿੱਚ ਜਦੋਂ ਅਸੀਂ ਇੰਨਾ ਖਰਚਾ ਕਰ ਲੈਂਦੇ ਆ ਵਾਂਸ ਲੈਂਦੇ ਆ ਲੱਖਾਂ ਰੁਪਈਆਂ ਦੇ ਮੁੱਲ ਲੈਂਦੇ ਆ ਅਸੀਂ ਬੀਜ ਇੰਨਾ ਮਹਿੰਗਾ ਲੈਂਦੇ ਆ ਤੇ ਅਸੀਂ ਯਾਰ ਸਪਰੇਅ ਵਾਰੀ ਕਿਉਂ ਇੰਨਾ ਹੱਥ ਢਿੱਲਾ ਰੱਖਦੇ ਆ ਇਸ ਵਾਸਤੇ ਤੇ ਫੰਗੀ ਸਾਈਡ ਵੀ ਸਪਰੇਅ ਕਰਨੀ ਆ ਤੁਸੀਂ ਕੈਬਰੀਓਟਾਪ ਵਗੈਰਾ ਹੋਰ ਜਿਹੜੀ ਮੈਂ ਨਹੀਂ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਹਾ ਨਾ ਮੈਂ ਕਿਸੇ ਨਾਮ ਦੀ ਮਸ਼ਹੂਰੀ ਕਰਨਾ ਚਾਹੁੰਦਾ ਮੇਰਾ ਮਕਸਦ ਇਹ ਆ ਕਿ ਤੁਸੀਂ ਅੱਛੀ ਕੰਪਨੀ ਦੀ ਸਪਰੇਅ ਲਿਆ ਕਰੋ ਜਿਹੜੀ ਚੰਗੀ ਹੋਵੇ ਇਹ ਜਿਹੜੀਆਂ ਹੁਣ ਆਮ ਜਿਹੜਾ ਨਾ ਇਹ ਬਾਈ ਇਹਨਾਂ ਤੇ ਵਾਰਾ ਨਹੀਂ ਖਾਂਦੀ ਆਮ ਫਸਲ ਕੋਈ ਗੱਡੀ ਹੋਈ ਹੋਵੇ ਨਾ ਕੋਈ ਉਹਦੇ ਉੱਤੇ ਤੁਸੀਂ ਬੇਸ਼ੱਕ ਕਰ ਲਓ ਲੇਕਿਨ ਮੈਂ ਮਸ਼ਵਰਾ ਨਹੀਂ ਦਿੰਦਾ ਇਹਦੇ ਵਿੱਚ ਚੰਗੀ ਸਪਰੇਅ ਵੀਰ ਜੀ ਕਰਨੀ ਚਾਹੀਦੀ ਆ ਤੇ ਆ ਸਫੇਦ ਮੱਖੀ ਦਾ ਅਟੈਕ ਹੈਗਾ ਸੀ ਇਹ ਹੁਣ ਅਲਹਮਦੁਲਿਲਾ ਬਹੁਤ ਸਾਰਾ ਐਂਜ ਲੱਗ ਰਿਹਾ ਕਿ ਠੀਕ ਹੋ ਗਿਆ ਲੇਕਿਨ ਅਟੈਕ ਬਹੁਤ ਜ਼ਿਆਦਾ ਸੀ ਜਿਹੜਾ ਕਰੇਲਾ 13 ਤਰੀਕ ਨੂੰ ਲਾਇਆ ਆ ਇਹ 1 ਅਗਸਤ ਦਾ ਲੱਗਿਆ ਸੀ ਇਹਦੇ ਉੱਤੇ ਸਫੇਦ ਮੱਖੀ ਨੇ ਅਟੈਕ ਕੀਤਾ ਤੇ ਜਿਹੜਾ ਤਰੇ 13 ਅਗਸਤ ਦਾ ਲੱਗਿਆ ਆ ਉਹ ਫਰੈਸ਼ ਖੜਾ ਹੈ ਉਹ ਠੀਕ ਖੜਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਹੁਣ ਸ਼ਾਮ ਦਾ ਟਾਈਮ ਆ ਇਸ ਟਾਈਮ ਜਿਹੜਾ ਹੁਣ ਉਹ ਦਿਖਾਣ ਦਾ ਮੇਰੇ ਕੋਲ ਟੈਬ ਨਹੀਂ ਹੈ ਹੋਰ ਅਗਰ ਤੁਸੀਂ ਕਰੇਲੇ ਦੇ ਬਾਰੇ ਚ ਕੋਈ ਗੱਲਬਾਤ ਪੁੱਛਣੀ ਹੋਵੇ ਤੇ ਤੁਸੀਂ ਉਹ ਕਮੈਂਟ ਕਰੋ ਮੈਂ ਤੁਹਾਨੂੰ ਜਨਾਬ ਜੀ ਜ਼ਰੂਰ ਉਹਦੇ ਬਾਰੇ ਚ ਦੱਸਾਂਗਾ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ الله حافظ